ਸ਼ਬਦ ਤੇ ਜਪ ਰਾਹੀਂ ਜਦ ਪੂਰਨ ਪਰਮਾਤਮਾ ਪ੍ਰਗਟ ਆਉਂਦਾ ਹੈ ਤਾਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ। ਪ੍ਰਾਰਥਨਾ ਅਗਰ ਪਹੁੰਚ ਗਈ ਤਾਂ ਧੁਨ ਧੁਨੀ ਤੱਕ ਪਹੁੰਚ ਗਈ, ਸ਼ਬਦ ਨਾਭੀ ਤੱਕ ਪਹੁੰਚ ਗਿਆ। ਨਾਭੀ ਤੋਂ ਉੱਠਿਆ ਸੀ, ਨਾਭੀ ਤੱਕ ਪਹੁੰਚ ਗਿਆ, ਇੱਥੇ ਨਾਭੀ ਪੂਰੀ ਖੁੱਲ੍ਹ ਜਾਂਦੀ ਹੈ। ਪਰ ਜਦ ਨਾਭੀ ਪੂਰੀ ਖੁੱਲ੍ਹਦੀ ਹੈ ਤਾਂ ਸਰੀਰ ਦੀ ਕੁਛ ਵਿਸ਼ੇਸ਼ ਹਾਲਤ ਬਣਦੀ ਹੈ। ਨਾਭੀ ਦੋ ਹਾਲਤਾਂ ਵਿੱਚ ਪੂਰੀ ਖੁੱਲ੍ਹਦੀ ਹੈ, ਇੱਕ ਉਦੋਂ ਜਦ ਮੌਤ ਦੌਰ ਤੇ ਦਸਤਕ ਦਿੰਦੀ ਹੈ, ਸਾਰੇ ਪ੍ਰਾਣ ਨਿਕਲਦੇ ਨੇ, ਆਖਰੀ ਪ੍ਰਾਣ ਨਾਭੀ ਦੇ ਚ ਆਉਂਦਾ ਹੈ, ਨਾਭੀ ਪੂਰੀ ਖੁੱਲ੍ਹ ਜਾਂਦੀ ਹੈ, ਪ੍ਰਾਣ ਨਿਕਲ ਜਾਂਦੇ ਨੇ। ਔਰ ਜਦ ਨਾਭੀ ਖੁੱਲ੍ਹਦੀ ਹੈ ਤਾਂ ਸਰੀਰ ਦੀ ਇਹ ਹਾਲਤ ਬਣਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸਿਹਤ। ਔਰ ਧੁਨ ਜਦ ਧੁਨੀ ਨਾਲ ਟਕਰਾਉਂਦੀ ਹੈ, ਸ਼ਬਦ ਜਦ ਨਾਭੀ ਨਾਲ ਟਕਰਾਉਂਦਾ ਹੈ ਤਾਂ ਵੀ ਇਹ ਹਾਲਤ ਬਣ ਸਕਦੀ ਹੈ। ਇਸ ਵਾਸਤੇ ਕਈ ਫਕੀਰ ਕਈ ਨਾਮ ਅਭਿਆਸੀਆਂ ਦੀ ਐਸੀ ਹਾਲਤ ਦੇਖੀ ਗਈ ਕਿ ਘਰ ਵਾਲੇ ਵੀ ਹੈਰਾਨ ਉੱਠੇ, ਕਹਿੰਦੇ ਨੇ ਅੱਲਾ ਹੋ ਦੀ ਰਟਨ ਕਰਦਿਆਂ ਕਰਦਿਆਂ ਜਦ ਨਾਭੀ ਖੁੱਲ੍ਹੀ ਮੁਹੰਮਦ ਸਾਹਿਬ ਦੀ ਤਾਂ ਆਪ ਨੂੰ ਕੰਬਣੀ ਛਿੜੀ, ਦੰਦੀਆਂ ਵਜੀਆਂ, ਹਾਲਤ ਇਹ ਹੋਈ, ਹੱਥ ਮਰੋੜੇ ਤਨ ਕਪੇ ਸਿਆਹੂ ਹੋਆ ਸਿਹਤ। ਜੋ ਅੰਤਿਮ ਸਮੇਂ ਹਾਲਤ ਬਣਦੀ ਹੈ ਉਹ ਬਣੀ। ਹਜ਼ਰਤ ਖਦੀਜਾ ਨੇ ਕਈ ਕੰਬਲ ਪਾਏ, ਅੱਗ ਵੀ ਬਾਲੀ, ਲੇਕਿਨ ਕੰਬਣੀ ਜਾਰੀ ਰਹੀ। ਸਹਿਜੇ ਸਹਿਜੇ ਕੰਬਣੀ ਥੰਮੀ, ਜ਼ਬਾਨ ਚੋਂ ਨਿਕਲੀਆਂ ਆਇਤਾਂ ਕੁਰਾਨ ਦੀਆਂ। ਤਾਂ ਖਦੀਜਾ ਨੂੰ ਕਹਿਣਾ ਪਿਆ, ਮੁਹੰਮਦ ਇਹ ਤੁਹਾਡੇ ਬੋਲ ਨਹੀਂ, ਇਹ ਤਾਂ ਖੁਦਾ ਦੇ ਬੋਲ, ਇਹ ਤਾਂ ਖੁਦਾ ਬੋਲ ਰਿਹਾ। ਮੁਹੰਮਦ ਸਾਹਿਬ ਵੀ ਕਹਿਣ, ਖਦੀਜਾ ਮਿਟ ਗਿਆ ਮੁਹੰਮਦ, ਹੁਣ ਤਾਂ ਖੁਦਾ ਹੀ ਖੁਦਾ ਹੈ, ਹੁਣ ਤਾਂ ਖੁਦਾ ਹੀ ਬੋਲ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਦ ਇਹ ਅਵਸਥਾ ਬਣੀ ਤਾਂ ਆਪ ਕਹਿੰਦੇ, ਹੁਣ ਆਪੋ ਬੋਲ ਨਾ ਜਾਣਦਾ, ਹੁਣ ਕਿਹਾ ਸਭ ਹੁਕਮਾਉ ਜੀਓ। ਮੈਂ ਤਾਂ ਚੁੱਪ ਕਰ ਗਿਆ, ਮੈਨੂੰ ਬੋਲਣਾ ਹੀ ਨਹੀਂ ਆਉਂਦਾ, ਔਰ ਜੈਸੇ ਮੈਂ ਚੁੱਪ ਕਰ ਗਿਆ ਹੁਣ ਤਾਂ ਖਸਮ ਬੋਲਦਾ ਹੈ, ਪਰਮਾਤਮਾ ਬੋਲਦਾ, ਮੈਂ ਤਾਂ ਸਾਰੇ ਬੋਲ ਹੀ ਉਸੇ ਦੇ ਨੇ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਲੈ ਲਾ ਲਓ। ਜੈਸੇ ਆ ਰਹੇ ਨੇ ਖਸਮ ਦੇ ਬੋਲ, ਮੈਂ ਵੈਸੇ ਬੋਲੀ ਜਾ ਰਿਹਾ, ਵੈਸੇ ਬੋਲੀ ਜਾ ਰਿਹਾ। ਇਹ ਸਭ ਬਾਣੀ ਨਿਰੰਕਾਰ ਦੀ, ਵਾਹ ਵਾਹ ਬਾਣੀ ਨਿਰੰਕਾਰ ਹੈ, ਕਿਉਂਕਿ ਨਿਰੰਕਾਰ ਦੀ। ਜੈਸੇ ਕਹਿੰਦੇ ਨੇ, 90% ਮਨੁੱਖ ਆਪਣੇ ਬੋਲਾਂ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ, ਉਹਦੇ ਹੱਥ ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਪੈਰ ਵੇਖ ਕੇ ਪਹਿਰਾਵਾ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ, ਉਹਦੇ ਬੋਲਾਂ ਨੂੰ ਸੁਣ ਕੇ ਪਤਾ ਚੱਲਦਾ ਹੈ ਸਤੋ ਗੁਣੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਮੂਰਖ ਹੈ, ਸਿਆਣਾ ਹੈ, ਲੋਭੀ ਹੈ, ਸੰਤੋਖੀ ਹੈ, ਤ੍ਰਿਸ਼ਨਾਲੂ ਹੈ ਕਿ ਸਾਬਰ ਹੈ, ਹੰਕਾਰੀ ਹੈ ਕਿ ਨਿਰਵਾਣ ਹੈ, ਉਸਦੇ ਬੋਲ ਦੱਸ ਦਿੰਦੇ ਨੇ। 90% ਮਨੁੱਖ ਆਪਣੇ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੈ, ਪਰਮਾਤਮਾ ਪੂਰਨ ਦਾ ਪੂਰਨ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਸ਼ਬਦ ਹੀ ਮਨੁੱਖ ਨੂੰ ਪਰਮਾਤਮਾ ਸਰੂਪ ਬਣਾ ਦਿੰਦਾ ਹੈ, ਸ਼ਬਦ ਦੇ ਜਪ ਨਾਲ ਹੀ ਉਹ ਪਰਮ ਆਨੰਦ ਬਾਹਰ ਪ੍ਰਗਟ ਹੁੰਦਾ ਹੈ। ਇੱਕ ਸਰੀਰ ਵਿੱਚੋਂ
ਜਦ ਕੋਈ ਹੋਰ ਸਰੀਰ ਜਨਮ ਲੈਂਦਾ ਹੈ ਤਾਂ ਇੱਕ ਇਸਤਰੀ ਨੂੰ ਪ੍ਰਸੂਤ ਦੀ ਪੀੜਾ ਤੋਂ ਲੰਘਣਾ ਹੀ ਪੈਂਦਾ ਹੈ, ਲੰਘਣਾ ਹੀ ਪੈਂਦਾ ਹੈ। ਇਸੇ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਹੈ, ਇਸੇ ਚੇਤਨਾ ਦੇ ਚੋਂ ਪਰਮ ਚੇਤਨਾ ਨੂੰ ਜਨਮ ਦੇਣਾ ਹੈ। ਤਾਂ ਬੜੀ ਭਾਰੀ ਬਿਰਹ, ਬੈਰਾਗ ਅਤੇ ਮਾਨਸਿਕ ਪੀੜਾ ਤੋਂ ਲੰਘਣਾ ਹੀ ਪੈਂਦਾ ਹੈ, ਲੰਘਣਾ ਹੀ ਪੈਂਦਾ ਹੈ। ਕੁਦਰਤ ਨੇ ਇੱਕ ਨਿਯਮ ਵੀ ਬਣਾ ਦਿੱਤਾ ਹੈ, ਗਹਿਰੀ ਭੁੱਖ ਤੋਂ ਬਿਨਾਂ ਭੋਜਨ ਦਾ ਸਵਾਦ ਹੀ ਨਹੀਂ, ਔਰ ਗਹਿਰੇ ਦੁੱਖਾਂ ਤੋਂ ਬਿਨਾਂ ਸ਼ਾਇਦ ਸੁੱਖ ਸੁੱਖ ਪ੍ਰਤੀਤ ਹੀ ਨਾ ਹੋਣ। ਬਿਰਹੇ ਦੀ ਪੀੜਾ ਤੋਂ ਬਾਅਦ, ਮਾਨਸਿਕ ਪੀੜਾ ਤੋਂ ਬਾਅਦ ਜਦ ਪ੍ਰਭੂ ਦਾ ਮਿਲਣ ਆਉਂਦਾ ਹੈ, ਉਹ ਇੱਕ ਐਸਾ ਆਨੰਦ ਜਿਹਨਾਂ ਨੂੰ ਭਗਤਾਂ ਨੇ ਕਹਿ ਦਿੱਤਾ, ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰੇ। ਪਰ ਜਦ ਵੀ ਇਹ ਪ੍ਰਗਟ ਹੁੰਦਾ ਹੈ, ਮਨੁੱਖ ਹੋ ਜਾਂਦਾ ਹੈ, ਮਨੁੱਖ ਨਹੀਂ ਰਹਿੰਦਾ। ਇਸੇ ਨੂੰ ਰਵਿਦਾਸ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਹੁਣ ਤੇ ਮੈਂ ਨਹੀਂ। ਕਹਿੰਦੇ ਨੇ ਅਚਨਚੇਤ ਇੱਕ ਦਿਨ ਮਨਸੂਰ ਦੇ ਅੰਦਰੋਂ ਵੀ ਅੱਲਾਹੂ ਅੱਲਾਹੂ ਇਹ ਧੁਨੀ ਪ੍ਰਗਟ ਹੋਈ, ਪਰ ਇਸ ਨਾਲ ਕੁਛ ਹੋਰ ਬੋਲ ਵੀ ਪ੍ਰਗਟ ਹੋਏ, ਅਣੁਲ ਹੱਕ ਅਣੁਲ ਹੱਕ ਅਣੁਲ ਹੱਕ, ਮੈਂ ਹੱਕ ਹੋ ਗਿਆ, ਮੈਂ ਸੱਚ ਹੋ ਗਿਆ, ਮੈਂ ਖੁਦਾ ਦਾ ਸਰੂਪ ਹੋ ਗਿਆ। ਦਰਅਸਲ ਕਿਹਾ ਤਾਂ ਉਸਨੇ ਉਹੀ ਕੁਛ ਹੈ ਜੋ ਭਾਰਤ ਦੇ ਰਿਸ਼ੀ ਮੁਨੀ ਕਹਿੰਦੇ ਰਹੇ ਨੇ, ਜੈਸੇ ਕਬੀਰ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਬਏ, ਕੋਈ ਨਾ ਸਕੇ ਪਛਾਣੀ। ਕਬੀਰ ਤੇ ਇੱਥੇ ਤੱਕ ਕਹਿੰਦੇ, ਹੁਣ ਮੈਂ ਪਰਮਾਤਮਾ ਦੀ ਖੋਜ ਨਹੀਂ ਕਰਦਾ, ਪਰਮਾਤਮਾ ਹੀ ਮੇਰੀ ਖੋਜ ਕਰਦਾ ਹੈ। ਕਬੀਰ ਮਨ ਨਿਰਮਲ ਭਾਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਪਰ ਮਨਸੂਰ ਜੈਸੀ ਆਤਮਾ ਅਗਰ ਭਾਰਤ ਵਿੱਚ ਪੈਦਾ ਹੁੰਦੀ, ਪੂਜੀ ਜਾਂਦੀ, ਸਨਮਾਨਿਤ ਹੁੰਦੀ, ਲੇਕਿਨ ਐਸੇ ਇਲਾਕੇ ਵਿੱਚ ਆਪ ਦਾ ਜਨਮ ਹੋਇਆ ਜਿੱਥੇ ਆਪ ਦਾ ਅਣਲ ਹੱਕ ਕਹਿਣਾ ਲੋਕਾਂ ਨੂੰ ਪ੍ਰਵਾਨ ਨਾ ਹੋਇਆ। ਸ਼ਬਦ ਦੇ ਜਪ ਰਾਹੀਂ ਜਦ ਪੂਰਨ ਪਰਮਾਤਮਾ ਪ੍ਰਗਟ ਆਉਂਦਾ ਹੈ ਤਾਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਰਾਮ ਕਬੀਰੇ ਭੇਦ ਨਾ ਭਾਈ, ਐਸੀ ਅਵਸਥਾ ਅਰਬ ਦੇਸ਼ ਦੇ ਵਾਸੀ ਮਨਸੂਰ ਦੇ ਅੰਦਰ ਵੀ ਪ੍ਰਗਟ ਹੋਈ। ਉਹਦੀ ਰਸਨਾ ਤੋਂ ਇਹ ਬੋਲ ਨਿਕਲੇ, ਅਣਲ ਹੱਕ ਅਣਲ ਹੱਕ ਅਣਲ ਹੱਕ। ਲੇਕਿਨ ਦੇਸ਼ ਵਾਸੀਆਂ ਨੂੰ ਇਹ ਅਣਲ ਹੱਕ ਕਬੂਲ ਨਾ ਹੋਇਆ, ਪ੍ਰਵਾਨ ਨਾ ਹੋਇਆ। ਐਸੀ ਆਤਮਾ ਜੇ ਕਿਧਰੇ ਭਾਰਤ ਵਿੱਚ ਪੈਦਾ ਹੁੰਦੀ, ਪੂਜੀ ਜਾਂਦੀ, ਸਨਮਾਨਿਤ ਹੁੰਦੀ, ਪਰ ਉਸ ਜਗ੍ਹਾ 'ਤੇ ਉਸਨੂੰ ਸੂਲੀ ਮਿਲੀ। ਉਸਦਾ ਮੁਰਸ਼ਦ ਸੀ, ਉਸਨੇ ਮਨਾ ਵੀ ਕੀਤਾ ਕਿ ਤੂੰ ਅਣਲ ਹੱਕ ਅਣਲ ਹੱਕ ਨਹੀਂ ਕਹਿਣਾ, ਕਮ ਸੇ ਕਮ ਡੇਰੇ ਤੋਂ ਬਾਹਰ, ਆਸ਼ਰਮ ਤੋਂ ਬਾਹਰ ਤਾਂ ਕਹਿਣਾ ਹੀ ਨਹੀਂ, ਮਕਤਬ ਤੋਂ ਬਾਹਰ ਤਾਂ ਕਹਿਣਾ ਹੀ ਨਹੀਂ। ਮੰਨ ਲਈ ਗੱਲ ਉਸਨੇ, ਲੇਕਿਨ ਮੁਰਸ਼ਦ ਕਹਿੰਦੇ ਤੂੰ ਖੁਦਾ ਦੀ ਕਸਮ ਚੁੱਕ, ਉਸਨੇ ਚੁੱਕ ਲਈ। ਲੇਕਿਨ ਇੱਕ ਦਿਨ ਭਰੇ ਮਹਿਫਿਲ ਵਿੱਚ ਬਾਹਰ ਮਨਸੂਰ ਦੇ ਕੰਠ ਤੋਂ ਨਿਕਲ ਗਿਆ, ਅਣਲ ਹੱਕ ਅਣਲ ਹੱਕ ਅਣਲ ਹੱਕ।
ਗ੍ਰਿਫਤਾਰ ਹੋਇਆ। ਔਰ ਜਦ ਸਰਿਆਂ ਸੋਲੀ 'ਤੇ ਚਾੜਨ ਲੱਗੇ ਨੇ ਤਾਂ ਮਨਸੂਰ ਦਾ ਮੁਰਸ਼ਦ ਕੌਣ ਜਾਂਦਾ ਹੈ? ਅਸ਼ਕਬਾਰ ਹੈ। ਔਰ ਉਹ ਕਹਿੰਦਾ ਹੈ, ਮਨਸੂਰ ਅੱਜ ਮੇਰਾ ਇੱਕ ਨਵੀਨ ਅਨੁਭਵ ਤੂੰ ਸੁਣ। ਪਾਗਲਾਂ ਦੀ ਭੀੜ ਵਿੱਚ ਕਿਸੇ ਇੱਕ ਮਨੁੱਖ ਦਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ, ਔਰ ਮੂਰਖਾਂ ਦੇ ਇਕੱਠ ਵਿੱਚ ਇੱਕ ਦਾ ਵਿਦਵਾਨ ਹੋ ਜਾਣਾ ਵੀ ਕਿਸੇ ਹੱਦ ਤੱਕ ਮੂਰਖਤਾ ਹੈ। ਗੁਨਾਹਗਾਰਾਂ ਦੀ ਭੀੜ ਵਿੱਚ ਇੱਕ ਦਾ ਇਤਨਾ ਵੱਡਾ ਪੁਨੀਤ ਹੋ ਜਾਣਾ ਵੀ ਇੱਕ ਗੁਨਾਹ ਹੈ, ਐਸਾ ਮੈਂ ਦੇਖਦਾ ਪਿਆ। ਇਸ ਪਾਗਲਾਂ ਦੀ ਭੀੜ ਵਿੱਚ, ਇਹਨਾਂ ਗੁਨਾਹਗਾਰਾਂ ਦੀ ਭੀੜ ਵਿੱਚ ਐ ਮਨਸੂਰ, ਤੂੰ ਦਾਨਾ, ਤੂੰ ਨਿਰਮਲ ਪਾਵਨ, ਮੈਂ ਤੈਨੂੰ ਕਿਵੇਂ ਬਚਾਵਾਂ? ਲੇਕਿਨ ਮੈਂ ਇੱਕ ਗੱਲ ਪੁੱਛਦਾ, ਤੂੰ ਖੁਦਾ ਦੀ ਕਸਮ ਚੁੱਕੀ ਸੀ ਕਿ ਮੈਂ ਅਨਲ ਹੱਕ ਨਹੀਂ ਕਵਾਂਗਾ, ਪਰ ਤੂੰ ਤੇ ਕਿਹਾ। ਤੂੰ ਕਸਮ ਤੋੜੀ ਖੁਦਾ ਦੀ? ਮਨਸੂਰ ਕਹਿੰਦਾ, ਮੁਰਸ਼ਦ ਨਹੀਂ ਤੋੜੀ ਮੈਂ। ਮਨਸੂਰ ਵਿੱਚ ਇਤਨੀ ਤਾਬ ਕਿੱਥੇ ਹੈ ਕਿ ਖੁਦਾ ਦੀ ਕਸਮ ਤੋੜੇ? ਪਰ ਜਦ ਖੁਦਾ ਹੀ ਬੋਲਣ ਲੱਗ ਪਏ ਤਾਂ ਫਿਰ ਮਨਸੂਰ ਕੀ ਕਰੇ? ਖੁਦਾ ਬੋਲੇ ਹੈ, ਮਨਸੂਰ ਨਹੀਂ ਬੋਲਿਆ। ਹੁਣ ਆਪੋ ਬੋਲ ਨਾ ਜਾਣਦਾ ਹੋ ਕਿਹਾ, ਸਭ ਹੁਕਮਾਓ ਜੀਓ, ਕਸਮ ਬੋਲੇ ਹੈ, ਨਾਨਕ ਨਹੀਂ ਬੋਲੇ। ਪਰਮਾਤਮਾ ਬੋਲੇ ਨੇ, ਨਾਨਕ ਨਹੀਂ ਬੋਲੇ। ਇਹ ਸਾਰੇ ਬੋਲ ਪਰਮਾਤਮਾ ਦੇ, ਨਾਨਕ ਚੁੱਪ ਕਰ ਗਿਆ, ਨਾਨਕ ਦੇ ਅੰਦਰੋਂ ਪਰਮਾਤਮਾ ਬੋਲਿਆ, ਈਸ਼ਵਰ ਬੋਲਿਆ, ਈਸ਼ਵਰ ਦਾ ਨਾਦ, ਇੱਕ ਮੰਤਰ ਈਸ਼ਵਰ ਦਾ ਜਿਸ ਦੇ ਰਾਹੀਂ ਉਹ ਈਸ਼ਵਰ ਮਨੁੱਖ ਦੇ ਅੰਦਰੋਂ ਪ੍ਰਗਟ ਹੋ ਸਕਦਾ ਹੈ, ਉਹ ਨਾਦ, ਉਹ ਗੁਰਮੰਤਰ ਗੁਰੂ ਨਾਨਕ ਨੇ ਮਨੁੱਖਤਾ ਦੀ ਝੋਲੀ ਵਿੱਚ ਜੋ ਪਾਇਆ ਹੈ ਉਹ ਹੈ ਵਾਹਿਗੁਰੂ, ਵਾਹਿਗੁਰੂ। ਇਸ ਦਾ ਜਪ ਇਸ ਢੰਗ ਨਾਲ ਕਰੀਏ ਅਤੇ ਕੰਨਾਂ ਨਾਲ ਸੁਣੀਏ, ਇੱਕ ਦਿਨ ਦੂਰ ਨਹੀਂ ਕਿ ਵਾਹਿਗੁਰੂ ਦਾ ਰੂਪ ਹੋ ਜਾਵਾਂਗੇ, ਵਾਹਿਗੁਰੂ ਪ੍ਰਗਟ ਹੋ ਜਾਏਗਾ।